ਸਾਲ 14 ਅਗਸਤ ਨੂੰ ਕੀਰਤਨ ਦਰਬਾਰ ਕਮੇਟੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਕਰਵਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ। ਹੁਣ ਹਾਜ਼ਰੀਆਂ ਭਰ ਰਹੇ ਸਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਹਜ਼ੂਰੀ ਰਾਗੀ ਮਾਲਵਿਆ ਨਗਰ, ਜਿਨ੍ਹਾਂ ਨੇ ਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਜੀ ਤਿੱਥੋਂ ਵਾਸੀਆਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਵਕਤ ਸਿਰ ਪੁੱਜ ਕੇ ਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਹਨਾਂ ਦਾ ਜਥਾ ਇਸਤਰੀ ਸਤਸੰਗ ਸਭਾ ਮਾਲੇ ਨਗਰ ਦੀ ਬੀਬੀਆਂ, ਜੋ ਆਪ ਜੀ ਨੂੰ 8:30 ਵਜੇ ਤੱਕ। ਸੋ ਇੱਕ ਦੋ ਬੇਨਤੀਆਂ ਹਨ, ਜਦ ਤੱਕ ਬੀਬੀਆਂ ਆਪਣੇ ਸਾਜ਼ ਖੋਲ੍ਹਦੀਆਂ ਹਨ, ਪ੍ਰਭੂ ਆਸਰਾ ਬੇਸਹਾਰਾ ਵਾਸਤੇ ਬਾਹਰ ਸਟਾਲ ਲੱਗਿਆ ਹੈ। ਸਰਦਾਰ ਇੰਦਰਪਾਲ ਸਿੰਘ ਜੀ ਜੋ ਸਾਊਥ ਦਿੱਲੀ ਮਾਲੇ ਨਗਰ ਤੋਂ ਸੇਵਾ ਕਰਦੇ ਹਨ, ਆਪ ਜੀ ਆਪਣੇ ਮਾਇਆ ਦੇ ਕੇ ਉਹਨਾਂ ਨੂੰ ਪਰਚੀ ਲੈ ਸਕਦੇ ਹੋ ਅਤੇ ਬੇਸਹਾਰਿਆਂ ਦੀ ਮਦਦ ਕਰ ਸਕਦੇ ਹੋ। ਦੂਸਰਾ ਸਟਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲ ਵੰਗ ਪ੍ਰਕਾਸ਼ ਉਤਸਵ ਆ ਰਿਹਾ ਹੈ, ਉਹਦੇ ਉਪਲਕਸ਼ ਵਿੱਚ ਬਾਹਰ ਸਟਾਲ ਲੱਗਿਆ ਹੈ ਕਿਤਾਬਾਂ ਦਾ, ਧਾਰਮਿਕ ਕਿਤਾਬਾਂ ਦਾ, ਜੋ ਫ੍ਰੀ ਦਿੱਤੀਆਂ ਜਾ ਰਹੀਆਂ ਹਨ। ਜਿਨ੍ਹਾਂ ਜਿਨ੍ਹਾਂ ਨੂੰ ਵੀ ਉਹ ਚਾਹੀਦੀਆਂ ਹੋਣ, ਉਹ ਸਟਾਲ ਤੋਂ ਫ੍ਰੀ ਗੁਰੂ ਮਹਾਰਾਜ ਦਾ ਇਤਿਹਾਸ ਦੀ ਕਿਤਾਬ ਲੈ ਸਕਦੇ ਹਨ। ਸੋ ਹੁਣ ਆਪ ਕੀਰਤਨ ਸਵਰਨ ਕਰੋ, ਇਸਤਰੀ ਸੰਗ ਸਭਾ ਮਾਲੇ ਨਗਰ ਬੀਬੀਆਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।